ਕਾਦੀਆਂ ਦੇ ਸਿਵਲ ਹਸਪੀਟਲ ਵਿੱਚ 30 ਤਰੀਕ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਤਹਿਤ ਉਮੀਦਵਾਰਾਂ ਵੱਲੋਂ ਫਾਈਲਾਂ ਜਮ੍ਹਾਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਕਾਂਗਰਸੀਆਂ ਵੱਲੋਂ ਆਪਣੀ ਜਿੱਤ ਨੂੰ ਇਕਰਾਰ ਕਰਦੇ ਹੋਏ ਉਹਨਾਂ ਕਿਹਾ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਾਂਗੇ ਡੱਲੇ ਦੀ ਇਲੈਕਸ਼ਨ ਆ ਜੀ ਡੱਲਾ ਮੇਨ ਜਿਹੜੀ ਪੰਚਾਇਤ ਆ ਉੱਥੋਂ ਸਾਡੇ ਕੈਂਡੀਡੇਟ ਨੇ ਸਰਬਜੀਤ ਤੇ ਮੈਂਬਰ ਪੰਚਾਇਤ ਨਿਸ਼ਾਨ ਸਿੰਘ ਜਸਪਾਲ ਸਿੰਘ ਤੇ ਆਪਣੇ ਕਸ਼ਮੀਰੋ ਜੀ ਹੋਰ ਸਾਰੇ ਸਾਡੇ ਬਹੁਤ ਸਾਰੇ ਪਤਵੰਤੇ ਨਾਲ ਨੇ ਅਸੀਂ ਪਿਛਲੀ ਵਾਰ ਵੀ ਲੀਡ ਤੇ ਆਪਣੇ ਡੇਵਿਡ ਜੀ ਨੂੰ ਜਿਤਾਇਆ ਸੀਗਾ ਇਸ ਵਾਰ ਵੀ ਅਸੀਂ ਪੂਰਾ ਜਿਹੜਾ ਵਾ ਜ਼ੋਰ ਲਾ ਕੇ ਤੇ ਸਰਬਜੀਤ ਹੋਣਾ ਨੂੰ ਜਿਤਾਵਾਂਗੇ ਕਾਗਜ਼ ਦਾਖਲ ਹੋ ਗਏ ਤੁਹਾਡੇ ਜੀ ਕਾਗਜ਼ ਸਾਡੇ ਦਾਖਲ ਹੋ ਗਏ ਜੀ ਸਾਰੇ ਦੇ ਸਾਰੇ ਸੱਤ ਸਾਡੇ ਮੈਂਬਰ ਪੰਚਾਇਤ ਨੇ ਉਹਨਾਂ ਦੇ ਵੀ ਦਾਖਲ ਹੋ ਗਏ ਨੇ 8ਵੀਂ ਸਰਪੰਚ ਕੈਂਡੀਡੇਟ ਆ ਉਹਨਾਂ ਦੇ ਵੀ ਕਾਗਜ਼ ਦਾਖਲ ਹੋ ਗਏ ਨੇ ਬਿਲਕੁਲ ਜੀ 100% ਕੋਈ ਗੱਲ ਹੀ ਨਹੀਂ ਤੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਆਪਣੇ ਸਰਪੰਚ ਖੜਾ ਰਹੇ ਆ ਮੈਂਬਰ ਖੜਾ ਰਹੇ ਆ 25 ਪਿੰਡਾਂ ਦੇ ਵਿੱਚ ਇੱਧਰ ਇੱਧਰ ਕਾਦੀਆਂ ਹਲਕੇ 'ਚ ਕਾਦੀਆਂ ਬਲਾਕ 'ਚ ਅਤੇ ਕਨਵਾਨ ਬਲਾਕ 'ਚ ਵੱਖਰੇ ਆ ਧਾਰੀਵਾਲ ਬਲਾਕ 'ਚ ਵੱਖਰੇ ਆ ਅਤੇ ਪੂਰੀ ਸ਼ਾਨਦਾਰ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ ਅਤੇ ਬਿਲਕੁਲ ਉਹ ਬੰਦੇ ਖਲੋਤੇ ਆ ਜਿਨ੍ਹਾਂ ਦੇ ਕੁਝ ਪੱਲੇ ਹੈ ਅਤੇ ਕੋਈ ਐਡਾ ਕਾਂਗਰਸ ਦਾ ਸਾਨੂੰ ਡਰ ਨਹੀਂ ਗਾ ਕਿਸੇ ਗੱਲ ਦਾ ਅਤੇ ਸਾਡੇ ਜਿੰਨੇ ਬੰਦੇ ਖਿਲਾ ਰਹੇ ਉਹ ਸਾਰੇ ਜਿੱਤਣਗੇ ਹਾਂਜੀ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਵੀ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਔਰ ਅਸੀਂ ਆਪਣਾ ਸਰਪੰਚ ਪਰਮਜੀਤ ਕੌਰ ਗੋਪਾਰਾਏ ਕਲਿਆਰੀ ਹੈ ਡੱਲੇ ਪਿੰਡ ਡੱਲੇ ਕਲਾਂ 'ਚੋਂ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਨਾਲ ਜਿਤਾਵਾਂਗੇ ਉਹ ਹਲਕਾ ਕਾਦੀਆਂ 08 ਅਸੀਂ ਫਾਈਲਾਂ ਅੱਜ ਆਖਰੀ ਦਿਨ ਨਾਮਜ਼ਦਗੀ ਦਾ ਜੀ ਫਾਈਲਾਂ ਕਲੈਕਟ ਕਰ ਰਹੇ ਹਾਂ ਅਤੇ ਨਾਲ ਨਾਲ ਇਹਨਾਂ ਨੂੰ ਇਹਨਾਂ ਦੀਆਂ ਜੋ ਫੀਸ ਬਣਦੀ ਉਹਦੀ ਸਲਿਪਸ ਕੱਟ ਕੇ ਦੇ ਰਹੇ ਹਾਂ ਜੀ ਅਤੇ ਪ੍ਰੋਸੈਸ ਬੜੇ ਅਮਨ ਸ਼ਾਂਤੀ ਨਾਲ ਚੱਲ ਰਿਹਾ ਜੀ ਅਤੇ ਉਮੀਦ ਹੈ ਕਿ ਵਧੀਆ ਢੰਗ ਨਾਲ ਇਹਦੇ ਪੜੇ ਚੜੇ